ਭਾਰਤ ਸਰਕਾਰ ਦੇ ਰਾਸ਼ਟਰੀ ਹੁਨਰ ਵਿਕਾਸ ਨਿਗਮ ਅਤੇ ایمਜ਼ ਬਠਿੰਡਾ ਵਿਚਾਲੇ ਸਿਹਤ ਕਰਮੀਆਂ ਦੀ ਸਿਖਲਾਈ ਸੰਬੰਧਿਤ ਵਿਸ਼ੇਸ਼ ਇਕਰਾਰਨਾਮੇ ਤੇ ਕੱਲ੍ਹ ਦਸਤਖਤ ਕੀਤੇ ਗਏ। ਦਸਤਖਤ ਕਰਨ ਸਮੇਂ ਰਾਸ਼ਟਰੀ ਹੁਨਰ ਵਿਕਾਸ ਨਿਗਮ ਦੇ ਸੀਈਓ ਵੇਦ ਮਨੀ ਤਿਵਾੜੀ ਨੇ ਦੱਸਿਆ ਕਿ ਹੈਲਥ케ਅਰ ਸੈਕਟਰ ਵਿੱਚ ਹੁਨਰ ਵਿਕਾਸ ਲਈ ਇਹ ਪਹਿਲ ਕਦਮੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪੂਰੇ ਵਿਸ਼ਵ ਵਿੱਚ ਭਾਰਤੀ ਸਿਹਤ ਕਾਮਿਆਂ ਦੀ ਮੰਗ ਹੈ ਕਿਉਂਕਿ ਭਾਰਤੀ ਸਿਹਤ ਕਾਮਿਆਂ ਨੇ ਜਿਵੇਂ ਦੇਸ਼ ਨੂੰ ਕੋਵਿਡ ਤੋਂ ਬਚਾਇਆ ਇਹ ਪੂਰੀ ਦੁਨੀਆ ਲਈ ਇੱਕ ਸ਼ਾਨਦਾਰ ਮਿਸਾਲ ਹੈ। वेदमणि तिवारी ने क्या कही राष्ट्रीय हुनर विकास निगम और एम्स बठिंडा ਵਿਚਕਾਰ ਹੋਏ ਇਸ ਸਮਝੌਤੇ ਨਾਲ ਸਿਹਤ ਖੇਤਰ ਵਿੱਚ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਕਮਾਂਤਰੀ ਪਦਰਤੀ ਨੌکریاں ਪ੍ਰਾਪਤ ਕਰਨ ਦੇ ਕਾਬਿਲ ਬਣਾਇਆ ਜਾਵੇਗਾ। ਇਹ ਐਮਓਯੂ ਇੱਕ ਪਹਿਲ ਹੈ ਸਕਿੱਲਸ ਕੋ ਹੈਲਥ케ਅਰ ਸੈਕਟਰ ਮੇਂ ਬੜਹਾਨੇ ਕੇ ਲਿਏ। एम्स बठिंडा में डायरेक्टर साहब डॉ डीके सिंह का ये विजन है कि कोविड के टाइम में उन्होंने एक रेस्पिरेटरी थेरेपिस्ट का एक स्किल प्रोग्राम चलाया था नेशनल स्किल डेवलपमेंट कारपोरेशन एम्स भटिंडा के साथ मिलके के हेल्थ केयर में स्किल्स को आगे बढ़ाना चाहता है आज सारी दुनिया में हेल्थ के, इंडिया के हेल्थ केयर प्रोफेशनल्स की डिमांड है बिकॉज हमारे मेडिकल सिस्टम ने हमारे हेल्थ केयर सिस्टम ने जिस तरीके से कोविड को हैंडल किया वो दुनिया में से कोई मिसाल नहीं है सो so, इस पार्टनरशिप के